ਚੜਦੇ ਹੋਏ ਪੱਤਿਆਂ ਨੂੰ ਨਾ ਵੇਖ, ਖਿੜੇ ਹੋਏ ਫੁੱਲਾਂ ਨੂੰ ਵੇਖ ਕੇ ਕੁਦਰਤ ਦੇ ਆਨੰਦ ਲੈਣ ਦੀ ਆਦਤ ਪਾ। ਦੋਸਤੋ, ਹਾਰਟ ਅਟੈਕ ਦਾ ਮਰੀਜ਼ ਵੀ ਬਚ ਸਕਦਾ, ਬਲੱਡ ਕੈਂਸਰ ਦਾ ਮਰੀਜ਼ ਵੀ ਬਚ ਸਕਦਾ, ਪਰ ਨੈਗੇਟਿਵ ਸੋਚ ਵਾਲਾ ਇਨਸਾਨ ਨਾ ਖੁਦ ਬਚਦਾ ਨਾ ਆਪਣੇ ਇਰਦ ਗਿਰਦ ਦੇ ਘੇਰੇ ਦੇ ਲੋਕਾਂ ਨੂੰ ਬਚਣ ਦਿੰਦਾ ਹੈ। ਨੈਗੇਟਿਵ ਆਦਮੀ ਇਸ ਤਰ੍ਹਾਂ ਦਾ ਹੁੰਦਾ ਹੈ ਕਿ ਜੇ ਤੁਸੀਂ ਉਸਨੂੰ ਦੁੱਧ ਦੇ ਦਰਿਆ ਵਿੱਚੋਂ ਦੁੱਧ ਲੈਣ ਭੇਜੋਗੇ, ਜੇ ਤੁਸੀਂ ਦੁੱਧ ਦੇ ਦਰਿਆ ਵਿੱਚੋਂ ਦੁੱਧ ਲੈਣ ਭੇਜੋਗੇ ਤਾਂ ਉਹ ਖਾਲੀ ਹੱਥ ਵਾਪਸ ਆਏਗਾ, ਆ ਕੇ ਦਲੀਲ ਦੇਵੇਗਾ ਕਿ ਦੁੱਧ ਨਾਲ ਕੈਸਟਰੋਲ ਹੁੰਦਾ ਹੈ। ਜੇ ਸ਼ਹਿਦ ਦੇ ਦਰਿਆ 'ਚ ਤੁਸੀਂ ਉਹਨੂੰ ਸ਼ਹਿਦ ਲੈਣ ਭੇਜੋਗੇ ਤਾਂ ਉਹ ਖਾਲੀ ਹੱਥ ਵਾਪਸ ਆਏਗਾ, ਆ ਕੇ ਦਲੀਲ ਦੇਵੇਗਾ ਕਿ ਸ਼ਹਿਦ ਨਾਲ ਸ਼ੂਗਰ ਹੋ ਜਾਂਦੀ ਹੈ। ਨੈਗੇਟਿਵ ਵਿਚਾਰਾਂ ਵਾਲਾ ਬੰਦਾ ਇੱਕ ਮੱਖੀ ਦੀ ਤਰ੍ਹਾਂ ਹੁੰਦਾ ਹੈ, ਸਾਰੇ ਖੂਬਸੂਰਤ ਸਰੀਰ ਨੂੰ ਛੱਡ ਕੇ ਜਿਵੇਂ ਇੱਕ ਮੱਖੀ ਫਿੰਸੀ 'ਤੇ ਜਾ ਕੇ ਬੈਠ ਜਾਂਦੀ ਹੈ। ਦੋਸਤਰੋ, ਇੱਕ ਵਾਰ ਦੀ ਗੱਲ ਹੈ, ਇੱਕ ਰਾਜਾ ਸੀ, ਉਹਦਾ ਇੱਕ ਦੋਸਤ ਹੀ ਉਸਦਾ ਸੈਨਾਪਤੀ ਸੀ। ਸੈਨਾਪਤੀ ਬੜੇ ਪੋਜ਼ਿਟਿਵ, ਬੜੇ ਬੁਲੰਦ ਇਰਾਦੇ ਵਾਲਾ ਇਨਸਾਨ ਸੀ। ਕੁਝ ਵੀ ਹੁੰਦਾ ਉਹ ਹਰ ਵਾਰ ਕਹਿੰਦਾ ਬਹੁਤ ਚੰਗਾ ਹੋਇਆ, ਹਰ ਵਾਰ ਇਹੀ ਕਹਿੰਦਾ ਬਹੁਤ ਚੰਗਾ ਹੋਇਆ। ਇੱਕ ਦਿਨ ਰਾਜਾ ਆਪਣੀ ਤਲਵਾਰ ਸਾਫ਼ ਕਰ ਰਿਹਾ ਸੀ, ਉਸਦਾ ਸੈਨਾਪਤੀ ਉਸਦੇ ਕੋਲ ਹੀ ਬੈਠਾ ਸੀ। ਜਦੋਂ ਰਾਜੇ ਨੇ ਤਲਵਾਰ ਸਾਫ਼ ਕਰਦਾ ਕਰਦਾ ਅਚਾਨਕ ਉਸਦੀ ਤਲਵਾਰ ਉਹਦੇ ਪੈਰ 'ਤੇ ਡਿੱਗ ਗਈ ਅਤੇ ਉਸਦੇ ਪੈਰ ਦਾ ਅੰਗੂਠਾ ਕੱਟਿਆ ਗਿਆ। ਸੈਨਾਪਤੀ ਨੇ ਫਿਰ ਰਾਜੇ ਨੂੰ ਹੌਂਸਲਾ ਦਿੰਦੇ ਕਿਹਾ ਬਹੁਤ ਚੰਗਾ ਹੋਇਆ। ਰਾਜੇ ਨੂੰ ਬੜਾ ਗੁੱਸਾ ਆਇਆ, ਉਸਨੇ ਹੁਕਮ ਦਿੱਤਾ ਕਿ ਸੈਨਾਪਤੀ ਨੂੰ ਜੇਲ੍ਹ ਵਿੱਚ ਬੰਦ ਕਰ ਦਿਓ। ਕਾਫ਼ੀ ਦਿਨਾਂ ਬਾਅਦ ਰਾਜਾ ਜੰਗਲ ਵਿੱਚ ਆਪਣੇ ਸੈਨਿਕਾਂ ਨਾਲ ਸ਼ਿਕਾਰ ਕਰਨ ਜਾ ਰਿਹਾ ਸੀ। ਸ਼ਿਕਾਰ ਕਰਦੇ ਕਰਦੇ ਰਾਜੇ ਦਾ ਘੋੜਾ ਕਾਫ਼ੀ ਅੱਗੇ ਲੰਘ ਗਿਆ। ਉਹਨਾਂ ਨੂੰ ਆਦਿਵਾਸੀਆਂ ਨੇ ਘੇਰ ਲਿਆ, ਉਹ ਹੁਲੂ ਹੁਲੂ ਕਰਕੇ ਹਾਹੂ ਕਰਕੇ ਉਹਨੂੰ ਚਿੰਬੜ ਗਏ ਅਤੇ ਕਹਿੰਦੇ ਬੜੀ ਖੁਸ਼ੀ ਨਾਲ ਨੱਚਣ ਲੱਗੇ, ਕਹਿੰਦੇ ਅੱਜ ਮਾਤਾ ਨੂੰ ਇਹਦੀ ਬਲੀ ਦੇਵਾਂਗੇ, ਮਾਤਾ ਨੂੰ ਰਾਜੇ ਦੀ ਅੱਜ ਬਲੀ ਦੇਵਾਂਗੇ, ਮਾਤਾ ਖੁਸ਼ ਹੋਵੇਗੀ। ਉਹਨਾਂ ਨੇ ਰਾਜੇ ਨੂੰ ਨਵਾਇਆ ਧਵਾਇਆ, ਉਹਨੂੰ ਬਲੀ ਲਈ ਤਿਆਰ ਕਰਨ ਲੱਗ ਗਏ, ਪੂਜਾ ਸ਼ੁਰੂ ਹੋ ਗਈ। ਜਦੋਂ ਇੱਕ ਆਦਿਵਾਸੀ ਨੇ ਦੇਖਿਆ ਕਿ ਉਹਦੇ ਪੈਰ ਦਾ ਅੰਗੂਠਾ ਹੈ ਨਹੀਂ, ਤਾਂ ਉਦੋਂ ਹੀ ਉਹਨੇ ਬੜੇ ਦੁੱਖ ਨਾਲ ਆਪਣੇ ਦੋਸਤਾਂ ਨੂੰ, ਆਪਣੇ ਸਾਥੀ ਆਦਿਵਾਸੀਆਂ ਨੂੰ ਕਿਹਾ ਕਿ ਇਹ ਸੰਪੂਰਨ ਨਹੀਂ ਹੈ, ਇਹ ਅਪੂਰਨ ਬੰਦਾ ਹੈ, ਮਾਤਾ ਨਾਰਾਜ਼ ਹੋਏਗੀ, ਇਸ ਲਈ ਅਸੀਂ ਇਸ ਦੀ ਬਲੀ ਨਹੀਂ ਦੇ ਸਕਦੇ। ਤਾਂ ਉਸ ਵੇਲੇ ਰਾਜੇ ਨੂੰ ਛੱਡ ਦਿੱਤਾ ਗਿਆ, ਤਾਂ ਉਹ ਆਪਣੇ ਮਹਿਲ 'ਚ ਵਾਪਸ ਆਇਆ। ਉਹਨੇ ਕਿਹਾ ਕਿ ਸੈਨਾਪਤੀ ਨੂੰ ਬੁਲਾਓ। ਉਹਨੇ ਕਿਹਾ ਮੇਰੇ ਲਈ ਤਾਂ ਤੇਰਾ ਬਹੁਤ ਚੰਗਾ, ਬਹੁਤ ਵਧੀਆ ਹੋਇਆ ਕਿ ਮੇਰਾ ਅੰਗੂਠਾ ਕੱਟਣ ਕਰਕੇ ਅੱਜ ਮੈਂ ਬਚ ਗਿਆ, ਪਰ ਤੂੰ 3 ਮਹੀਨੇ ਜੇਲ੍ਹ ਦੇ ਵਿੱਚ ਰਹਿਆਂ, ਤੇਰੇ ਲਈ ਕੀ ਚੰਗਾ ਹੋਇਆ? ਸੈਨਾਪਤੀ ਨੇ ਫਿਰ ਸੋਚਦਿਆਂ ਰਾਜੇ ਨੂੰ ਜਵਾਬ ਦਿੱਤਾ ਕਿ ਤੂੰ ਅੰਗੂਠਾ ਕੱਟਣ ਕਰਕੇ ਬਚ ਗਿਆ, ਮੈਂ ਤੇਰਾ ਸੈਨਾਪਤੀ ਸੀ, ਮੈਂ ਤੇਰਾ ਦੋਸਤ ਸੀ, ਮੈਂ ਵੀ ਤੇਰੇ ਨਾਲ ਹੁੰਦਾ, ਤੂੰ ਤਾਂ ਅੰਗੂਠੇ ਕੱਟਣ ਕਰਕੇ ਬਚ ਜਾਂਦਾ, ਮੈਂ ਜੇਲ੍ਹ ਵਿੱਚ ਹੋਣ ਕਰਕੇ ਬਚ ਗਿਆ, ਨਹੀਂ ਤਾਂ ਉਹਨਾਂ ਨੇ ਮੇਰੀ ਗਰਦਨ ਉਤਾਰ ਦੇਣੀ ਸੀ। ਇਸ ਲਈ ਦੋਸਤੋ, ਬੁਲੰਦ ਹੌਂਸਲੇ ਵਾਲੇ ਦੀ ਸੋਚ ਅਤੇ ਨੈਗੇਟਿਵ ਬੰਦੇ ਦੀ ਸੋਚ ਵਿੱਚ ਇਹੀ ਫਰਕ ਹੁੰਦਾ ਹੈ। ਕੋਈ ਵੀ ਹੋਵੇ, ਜੇ ਤੁਸੀਂ ਉਸਨੂੰ ਆਪਣਾ ਬਣਾ ਲਿਆ ਤਾਂ ਡਰ ਇੰਨਾ ਵਫਾਦਾਰ ਹੁੰਦਾ ਹੈ ਕਿ ਉਹ ਤੁਹਾਡਾ ਬਣ ਹੀ ਜਾਵੇਗਾ। ਇਸ ਲਈ ਦੋਸਤੋ, ਨੈਗੇਟਿਵ ਲੋਕਾਂ ਤੋਂ ਦੂਰ ਰਹੋ, ਇਹ ਜ਼ਿੰਦਗੀ ਨਰਕ ਬਣਾ ਦਿੰਦੇ ਹਨ। ਇਹਨਾਂ ਨੇ ਜ਼ਿੰਦਗੀ ਵਿੱਚ ਹਮੇਸ਼ਾ ਵਿਚੋਲਗੀ ਹੀ ਕੀਤੀ ਹੁੰਦੀ ਹੈ, ਬਸ ਇਹ ਝੂਠ ਅਤੇ ਸੱਚ ਦਾ ਫਰਕ ਖਤਮ ਕਰ ਦਿੰਦੇ ਹਨ। ਇਹ ਅਫਵਾਹਾਂ ਨੂੰ ਉੱਧਰੋਂ ਫੜ ਕੇ ਇੱਧਰ ਅਤੇ ਇੱਧਰੋਂ ਫੜ ਕੇ ਉੱਧਰ ਉਡਾਉਣ ਵਾਲੇ ਹੀ ਹੁੰਦੇ ਹਨ। ਨੈਗੇਟਿਵ ਬੰਦਾ ਤੁਹਾਨੂੰ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਉਸ ਕੰਮ ਦੇ ਨੈਗੇਟਿਵ ਨਤੀਜੇ ਹੀ ਗਿਣਾਉਣੇ ਸ਼ੁਰੂ ਕਰ ਦੇਵੇਗਾ। ਤੁਸੀਂ ਡਰ ਕੇ ਹਾਰ ਹੀ ਜਾਓਗੇ ਤਾਂ ਤੁਸੀਂ ਸੋਚੋਗੇ ਕਿ ਉਸਨੇ ਪਹਿਲਾਂ ਹੀ ਕਿਹਾ ਸੀ ਕਿ ਐਵੇਂ ਹੋਵੇਗਾ, ਉਵੇਂ ਹੋਵੇਗਾ। ਇਸ ਤਰ੍ਹਾਂ ਤੁਸੀਂ ਹਾਰ ਦੇ ਕਾਰਨ ਲੱਭਣ ਦੀ ਬਜਾਏ ਜਿੱਤਣ ਦਾ ਤਰੀਕਾ ਨਵਾਂ ਅਜਮਾਉਣ ਦੀ ਬਜਾਏ, ਉਹ ਨੈਗੇਟਿਵ ਆਦਮੀ ਦੇ ਨੈਗੇਟਿਵ ਦੱਸੇ ਨਤੀਜਿਆਂ ਨੂੰ ਸਹੀ ਮੰਨ ਲਓਗੇ ਅਤੇ ਹਮੇਸ਼ਾ ਨੈਗੇਟਿਵ ਆਦਮੀ ਦੀ ਨੈਗੇਟਿਵ ਸੋਚ ਦੇ ਤੁਸੀਂ ਗੁਲਾਮ ਬਣ ਕੇ ਰਹਿ ਜਾਓਗੇ। ਜਿਹੜੇ ਵਿਅਕਤੀ ਆਪ ਪ੍ਰੀਖਿਆ ਵਿੱਚੋਂ ਫੇਲ ਹੋ ਜਾਣ, ਜਿਹੜਾ ਵਿਅਕਤੀ ਆਪ ਪ੍ਰੀਖਿਆ ਵਿੱਚੋਂ ਫੇਲ ਹੋ ਜਾਵੇ, ਉਹ ਸਕੋਲਰਸ਼ਿਪ ਪ੍ਰਾਪਤ ਕਰਨ ਵਾਲਿਆਂ ਦੀ ਸੂਚੀ ਨਹੀਂ ਵੇਖਦਾ, ਉਹ ਸਕੋਲਰਸ਼ਿਪ ਪ੍ਰਾਪਤ ਕਰਨ ਵਾਲਿਆਂ ਦੀ ਲਿਸਟ ਨਹੀਂ ਵੇਖਦਾ ਤਾਂ ਉਹ ਇਹ ਹੈ, ਉਹ ਗਿਣਦਾ ਹੈ
कि उसके होर किहड़े-किहड़े जमाती फेल होए हन। दोस्तों जिहड़ा व्यक्ति आप प्रीख्या विचों फेल होया होवे ओह स्कॉलरशिप प्राप्त करन वाले विद्यार्थियों की लिस्ट नहीं वेखदा, ओह तां गिणदा है कि उसके होर किहड़े-किहड़े जमाती फेल होए हन। दोस्तों कोई भी काम करन लई वार वार कोशिश करो, हजार वार कोशिश करो, पर इक्को तरीके नूं दोबारा दोबारा रिपीट ना करो। अमेरिका का राष्ट्रपति इब्राहिम लिंकन 52 साल की उम्र विच राष्ट्रपति बनया। इस बारे तो बहुत लोगों नूं पता है पर बहुत घट लोग जानते ने, बहुत घट लोग जानते हैं कि वह राष्ट्रपति बनन तो पहला 6 बार हार चुकया सी। अंत विच उन्हां दी जित होई क्योंकि वह जितना चाहते सन, हार उन्होंने स्वीकार नहीं सी। वो लिखते हैं कुछ इस तरह, तय की हमने मंजिलें, गिर गए गिर कर उठे, उठ कर चल दिए। हर व्यक्ति दोस्तों वो कुछ कर सकता है जो व्यक्ति सोच सकता है। मैं अपने अखां ते लगे 2 नंबर के चश्मे नू देख के एक दिन बहुत दुखी हो रहा सी, पर जब मैं अखां दे हस्पताल दवाई लैन गया तां बिना नज़र वाली लड़की नू देख के मैनू उपर वाले नाल कोई शिकायत नहीं रही। मैं दुखी होने की बजाय मैं शुक्रगुजार हो गया। आओ दोस्तों हिम्मत अते पॉजिटिव सोच, अपने आप ते दृढ़ विश्वास करके आप खूबसूरत अते उच्चे हौसले वाले बनिए, ता सूबे अते देश ता खुद सानू स्वर्ग दिसन लग जाएंगे। उर्दू दे शायर इकबाल साहब लिखते हैं, खुदी को कर बुलंद इतना, खुदी को कर बुलंद इतना कि हर तहरीर से पहले खुदा खुद बंदे से पूछे, बता तेरी रजा क्या है। चंगियां अते लाभदायक होर वीडियो देखण लई दोस्तों मेरा चैनल सबसक्राइब करो, वीडियो नू लाइक कमेंट अते वध तों वध शेयर करो। मैं थोड़े नाल वादा करदा मेरे कोल हर समस्या का हल है। तुसी कोई भी अपनी समस्या मेरे नाल सांझी करो, स्क्रीन ते चल रहे नंबरां ते किसे वेले भी मेरे नाल तुसी संपर्क कर सकते हो। मैं तुहाडा अपना गुरजीत सिंह गोपालपुरी, धन्यवाद।